ਮੈਨੂੰ ਗੱਲ ਦੱਸੋ, ਜਦੋਂ ਇੱਕ ਗੋਲੀ ਦੇ ਨਾਲ, ਜਦੋਂ ਇੱਕ ਗੋਲੀ ਦੇ ਨਾਲ ਆ ਸਾਰਾ ਕੰਮ ਹੋ ਸਕਦਾ ਵਧੀਆ ਚੀਜ਼ਾਂ ਮੈਨੇਜ, ਤੁਸੀਂ ਉਹੀ ਛੱਡੀ ਕਿਉਂ ਬੈਠੇ ਹੋ ਚੀਜ਼ਾਂ? ਇੱਕ ਗੋਲੀ ਦੇ ਨਾਲ ਤਾਂ ਬਹੁਤ ਕੁਝ ਹੋ ਜਾਂਦਾ, ਰਹਿਣ ਹੀ ਦਿਓ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ, ਤੇ ਹੁਣ ਅਸੀਂ ਗੱਲ ਕਰਾਂਗੇ ਦਰਦੇਸੀ ਰੌਕ ਸਟਾਰ ਯਾਨੀ ਕਿ ਗਿੱਪੀ ਗਰੇਵਾਲ ਦੀ। ਗਿੱਪੀ ਗਰੇਵਾਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਗਿੱਪੀ ਗਰੇਵਾਲ ਬੀਨੋ ਢਿੱਲੋਂ ਦੀ ਨਵੀਂ ਆਉਣ ਵਾਲੀ ਫਿਲਮ ਗੋਲ ਗੱਪੇ ਦੇ ਸੈੱਟ ਦੇ ਉੱਤੇ ਨਜ਼ਰ ਆ ਰਹੇ ਨੇ ਤੇ ਉਹ ਸੈੱਟ ਦੇ ਉੱਤੇ ਬੀਨੋ ਢਿੱਲੋਂ ਦੇ ਨਾਲ ਅਤੇ ਇਸ ਮੂਵੀ ਦੇ ਡਾਇਰੈਕਟਰ ਸਮੀਪ ਕੰਗ ਦੇ ਨਾਲ ਖੂਬ ਮਸਤੀ ਕਰਦੇ ਵੀ ਨਜ਼ਰ ਆ ਰਹੇ ਨੇ। ਆਓ ਤੁਸੀਂ ਵੀ ਨਜ਼ਰ ਮਾਰੋ ਇਸ ਵੀਡੀਓ ਤੇ। ਗਿੱਪੀ ਗਰੇਵਾਲ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੇਹੱਦ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਗਿੱਪੀ ਗਰੇਵਾਲ ਬੀਨੋ ਢਿੱਲੋਂ ਦੇ ਸੈੱਟ ਤੇ ਨਜ਼ਰ ਆ ਰਹੇ ਨੇ। ਇਸ ਵੀਡੀਓ 'ਚ ਗਿੱਪੀ ਗਰੇਵਾਲ ਬੀਨੋ ਢਿੱਲੋਂ ਅਤੇ ਇਸ ਮੂਵੀ ਦੇ ਡਾਇਰੈਕਟਰ ਸਮੀਪ ਕੰਗ ਮਸਤੀ ਕਰਦੇ ਨਜ਼ਰ ਆ ਰਹੇ ਨੇ। ਆਓ ਤੁਸੀਂ ਵੀ ਦੇਖੋ ਗਿੱਪੀ ਗਰੇਵਾਲ ਦੀ ਇਹ ਵੀਡੀਓ। ਮੈਨੂੰ ਫਿਰ ਵੀ ਕਦੋਂ ਕਰੋਗੇ ਕਿ ਨਹੀਂ ਕਰਦਾ ਹੈਗਾ, ਮਨ ਹੈਗਾ? ਕੌਣ ਬੰਦਾ ਨਹੀਂ ਕੰਟਰੋਲ ਕਰਦਾ? ਸਵੀਪ ਭਾਜੀ, ਸਵੀਪ ਭਾਜੀ ਤੁਸੀਂ ਕਾਹਦਾ ਕੰਟਰੋਲ ਨਹੀਂ ਕਰ ਰਹੇ ਹੈਗੇ? ਖਾਣ ਪੀਣ ਦਾ ਭਾਜੀ ਜ਼ਿਆਦਾ ਤਾਂ ਨਹੀਂ ਖਾਂਦੇ ਹੈਗੇ ਹੁਣ ਤਾਂ। ਬਸ ਇਹਨਾਂ ਨੇ 3-4 ਕਿਲੋ ਆਹ ਗਾਜਰ ਪਾ ਖਾਣਾ, ਪੌਣਾ ਕਿਲੋ ਪਕੌੜੇ, ਫਿਰ ਇੱਕ ਉਹਦੀ ਗੋਲੀ ਲੈ ਲੈਣੀ ਹੈ ਸ਼ੂਗਰ ਦੀ, ਕਰੇਲਿਆਂ ਦਾ ਜੂਸ ਪੱਕੀ ਕਰਨ ਲਈ ਸਾਰੀ ਜਿਹੜੀ ਸ਼ੂਗਰ। ਬਲਜੀਤ ਭਾਜੀ ਸਿੱਖੋ ਕੁਛ, ਮੈਨੂੰ ਗੱਲ ਦੱਸੋ, ਜਦੋਂ ਇੱਕ ਗੋਲੀ ਦੇ ਨਾਲ, ਜਦੋਂ ਇੱਕ ਗੋਲੀ ਦੇ ਨਾਲ ਆ ਸਾਰਾ ਕੰਮ ਹੋ ਸਕਦਾ ਵਧੀਆ ਚੀਜ਼ਾਂ ਮੈਨੇਜ, ਤੁਸੀਂ ਉਹੀ ਛੱਡੀ ਕਿਉਂ ਬੈਠੇ ਹੋ ਚੀਜ਼ਾਂ? ਇੱਕ ਗੋਲੀ ਦੇ ਨਾਲ ਤਾਂ ਬਹੁਤ ਕੁਛ ਹੋ ਜਾਂਦਾ, ਰਹਿਣ ਹੀ ਦਿਓ। ਗੋਲ ਗੱਪੇ ਗਿੱਪੀ ਗਰੇਵਾਲ ਵੱਲੋਂ ਸ਼ੇਅਰ ਕੀਤੀ ਗਈ ਇਸ ਫਨੀ ਵੀਡੀਓ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਅਤੇ ਨਵੇਂ ਅਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ, ਅਤੇ ਇੰਟਰਟੇਨਮੈਂਟ ਜਗਤ ਦੀ ਹਰ ਇੱਕ ਖਬਰ ਦੇ ਲਈ ਤੁਸੀਂ ਜੁੜੇ ਰਹਿਣਾ ਸਵੇਰਾ ਸਟਾਰ ਟਾਕਸ ਦੇ ਨਾਲ। ਤੁਹਾਡਾ ਕੈਨੇਡਾ ਤੋਂ ਵੀਜ਼ਾ ਰਿਫਿਊਜ਼ ਹੈ, ਵੀਜ਼ਾ ਰਿਫਿਊਜ਼ ਹੁੰਦਾ ਕੋਰਸ ਦੀ ਗਲਤ ਚੋਣ ਦੇ ਨਾਲ। ਜੇਕਰ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਸਾਨੂੰ ਇਸ ਨੰਬਰ ਤੇ ਵਟਸਐਪ ਕਰੋ ਔਰ ਆਪਣਾ ਕੈਨੇਡਾ ਜਾਣ ਦਾ ਸੁਪਨਾ ਸਾਕਾਰ ਕਰੋ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਤੇ ਚਾਰ ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।